हां जी सत श्री अकाल जी, मेरा नाम हरदीप कौर आ। मेरे फादर ने सरदार महिंदर सिंह जी, इन्हां दी इनफेक्शन दे कारण लीवर काफी डैमेज हो गया सीगा ਤੇ ਬਲੀਡਿੰਗ ਨਹੀਂ ਸੀ ਰੁਕ ਰਹੀ ਜਦੋਂ ਅਸੀਂ ਇੱਥੇ ਆਏ ਸੀਗੇ ਅਮਨਦੀਪ ਮੈਡੀ ਸਿਟੀ ਦੇ ਵਿੱਚ। ਤੇ ਡਾਕਟਰ ਸਾਹਿਬ ਨੇ ਇਹਨਾਂ ਦੀ ਇੰਡੋਸਕੋਪੀ ਕਰਕੇ ਪਤਾ ਕੀਤਾ ਕਿ ਕਿੱਥੋਂ ਬਲੱਡ ਲੀਕ ਹੋ ਰਿਹਾ, ਤੇ ਉਹਨਾਂ ਨੇ ਉੱਥੇ ਸਟਿਚ ਲਗਾਇਆ ਤੇ ਬਲੀਡਿੰਗ ਬੰਦ ਕੀਤੀ। ਤੇ ਡਾਕਟਰ ਰਿਸ਼ਵ ਸਹਿਗਲ ਸੀਗੇ ਇਹਨਾਂ ਦੀ ਟ੍ਰੀਟਮੈਂਟ ਕਰ ਰਹੇ, ਤੇ ਇਹਨਾਂ ਦਾ ਟ੍ਰੀਟਮੈਂਟ ਵਧੀਆ ਹੋ ਗਿਆ ਹੈ। ਹੁਣ ਆਈ ਸੀ ਜੀ ਚੋਂ ਬਾਹਰ ਆ ਗਿਆ, ਅੱਜ ਇਹਨਾਂ ਨੂੰ ਡਿਸਚਾਰਜ ਕਰਨਾ ਹੈ, ਤੇ ਅਸੀਂ ਬਹੁਤ ਖੁਸ਼ ਹੈਗੇ ਇਸ ਟ੍ਰੀਟਮੈਂਟ ਤੋਂ। ਅਸੀਂ ਪਹਿਲਾਂ ਕਿਤੇ ਕਿਸੇ ਹੋਰ ਜਗ੍ਹਾ ਤੇ ਗਏ, ਦਿਖਾਇਆ ਸੀ ਪਾਪਾ ਨੂੰ, ਕਿਉਂਕਿ ਜਦੋਂ ਪਹਿਲੀ ਫਸਟ ਉਹਨਾਂ ਨੂੰ ਬਲੀਡਿੰਗ ਹੋਈ ਆ ਲੈਟਰੀਨ ਰਾਹੀਂ, ਤੇ ਉਹਨਾਂ ਨੇ ਕੋਈ ਪ੍ਰੋਪਰ ਟ੍ਰੀਟਮੈਂਟ ਨਹੀਂ ਕੀਤਾ, ਇਹਨਾਂ ਨੇ ਕੁਛ ਨਹੀਂ ਦੇਖਿਆ ਕਿ ਕਿੱਥੋਂ ਬਲੀਡਿੰਗ ਹੋ ਰਹੀ ਹੈ ਜਾਂ ਕਿਸ ਤਰ੍ਹਾਂ ਅਸੀਂ ਬਲੀਡਿੰਗ ਨੂੰ ਬੰਦ ਕਰੀਏ ਜਾਂ ਕਿਵੇਂ ਵੀ ਹੈਗਾ। ਫਿਰ ਆਖਰ ਤੇ ਜਦੋਂ ਜ਼ਿਆਦਾ ਹੀ ਬਲੀਡ ਕਰ ਗਏ, ਉਹਨਾਂ ਦਾ ਐਚ ਬੀ ਵੀ 5 ਤੋਂ ਨੀਚੇ ਹੋ ਗਿਆ ਸੀਗਾ ਤੇ ਬਲੱਡ ਪ੍ਰੈਸ਼ਰ 70 ਤੋਂ ਨੀਚੇ ਹੋ ਗਿਆ ਸੀਗਾ। ਤੇ ਫਿਰ ਉਹਨਾਂ ਨੇ ਕਹਿ ਦਿੱਤਾ ਕਿ ਸੌਰੀ, ਅਸੀਂ ਕੁਛ ਨਹੀਂ ਕਰ ਸਕਦੇ ਗੇ, ਪਰ ਚਲੋ ਸਾਨੂੰ ਫਿਰ ਵੀ ਕਿਸੇ ਚੰਗੀ ਜਗ੍ਹਾ ਤੇ ਭੇਜ ਦਿੱਤਾ ਵਾ। ਇੱਥੋਂ ਦੀ ਐਂਬੂਲੈਂਸ ਗਈ ਸੀ, ਬੱਚੇ ਗਏ ਸੀ, ਇੱਥੋਂ ਦੇ ਨਰਸਾਂ ਡਾਕਟਰ ਲੈ ਕੇ ਆਏ ਇਹਨਾਂ ਨੂੰ, ਕਿਉਂਕਿ ਆਕਸੀਜਨ ਇਹਨਾਂ ਨੂੰ ਸਾਹ ਲੈਣ 'ਚ ਬੜੀ ਪ੍ਰੋਬਲਮ ਹੋ ਰਹੀ ਸੀਗੀ, ਆਕਸੀਜਨ ਲਗਾ ਕੇ ਇੱਥੇ ਲੈ ਕੇ ਆਏ ਆ। ਹੁਣ ਸਾਰੇ ਇਹਨਾਂ ਦਾ ਟ੍ਰੀਟਮੈਂਟ ਸ਼ੁਰੂ। ਆਈ ਸੀ ਯੂ ਵਿੱਚ ਵੀ ਪਹਿਲਾਂ ਅਸੀਂ ਜਾਂਦੇ ਸੀਗੇ, ਬਹੁਤ ਜ਼ਿਆਦਾ ਇੱਥੇ ਕੇਅਰਫੁੱਲ ਡਾਕਟਰ ਵੀ ਹੈਗੇ ਆ ਤੇ ਨਰਸਾਂ ਵੀ ਬਹੁਤ ਕੇਅਰਫੁੱਲ ਹੈਗੀਆਂ, ਬਹੁਤ ਨਾਈਸ ਵੀ ਹੈਗੇ ਆ, ਬੜੇ ਪਿਆਰ ਨਾਲ ਗੱਲ ਕਰਦੇ ਆ। ਪਰ ਇੱਥੇ ਮੈਨੂੰ ਬਹੁਤ ਵਧੀਆ ਲੱਗਾ ਕਿ ਤੁਹਾਨੂੰ ਬਹੁਤ ਪਿਆਰ ਨਾਲ ਸਮਝਾਉਂਦੇ ਆ ਹਰ ਗੱਲ, ਤੇ ਪਿਆਰ ਨਾਲ ਸੁਣਦੇ ਹੈਗੇ ਆ ਸਰ। ਬਹੁਤ ਪ੍ਰੋਪਰ ਇਹਨਾਂ ਦਾ ਧਿਆਨ ਰੱਖਿਆ ਹੋਇਆ ਹੈ, ਦਵਾਈ ਮੈਡੀਸਿਨ ਸਾਰਾ ਕੁਛ ਪ੍ਰੋਪਰ ਟਾਈਮ ਤੇ ਜਾ ਰਿਹਾ ਹੈ, ਫੂਡ ਵੀ ਪ੍ਰੋਪਰ ਟਾਈਮ ਤੇ ਆ ਰਿਹਾ ਸੀਗਾ, ਤੇ ਫਿਜ਼ੀਓਥੈਰੇਪੀ ਵਾਲੇ ਵੀ ਟਾਈਮ ਤੇ ਇਹਨਾਂ ਦੀ ਟ੍ਰੇਨਿੰਗ ਕਰਾਉਣ ਵਾਸਤੇ ਆਉਂਦੇ ਰਹੇ ਆ। ਤੇ ਤਾਂ ਕਰਕੇ ਸਾਨੂੰ ਕੋਈ ਅਸੀਂ ਬਹੁਤ ਖੁਸ਼ ਹੈਗੇ ਆ ਇੱਥੋਂ। ਹਾਂਜੀ, ਬਹੁਤ ਸਾਰੇ ਨਾਈਸ ਸੀਗੇ। ਪੇਸ਼ੈਂਟ ਮਹਿੰਦਰ ਸਿੰਘ ਜੀ ਸਾਡੇ ਕੋਲ ਆਏ ਸੀਗੇ, ਆਈਸੀਯੂ ਚ ਆਏ ਸੀਗੇ ਸਿੱਧਾ। ਇਹ ਜਦੋਂ ਆਏ ਸੀਗੇ ਇਹਨਾਂ ਦਾ ਬਲੱਡ ਪ੍ਰੈਸ਼ਰ 70 ਸੀਗਾ ਉੱਤੇ ਵਾਲਾ, ਔਰ ਉਹ ਵੀ ਦੋ ਆਇਨੋਟ੍ਰੋਪਸ ਅਸੀਂ ਕਹਿੰਦੇ ਕਿ ਜਿਹੜਾ ਕਿ ਬਲੱਡ ਪ੍ਰੈਸ਼ਰ ਨੂੰ ਵਧਾਉਣ ਵਾਲੀ ਦਵਾਈਆਂ ਹੁੰਦੀਆਂ, ਉਹਨਾਂ ਦੀ ਸਪੋਰਟ ਤੇ 70 BP ਆ ਰਿਹਾ ਸੀ ਇਹਨਾਂ ਦਾ। ਨਾਲ ਇਹਨਾਂ ਦਾ ਕਰੈਟਿਨ ਜਿਹੜੀ ਗੁਰਦੇ ਦੀ ਰਿਪੋਰਟ ਹੁੰਦੀ ਹੈ ਉਹ 5 ਸੀਗੀ, ਜਿਹੜੀ ਕਿ ਨੋਰਮਲ 1 ਹੁੰਦੀ ਹੈ। ਖੂਨ ਇਹਨਾਂ ਦਾ 5 ਸੀਗਾ ਔਰ ਪੋਟੀ ਕਾਲੇ ਰੰਗ ਦੀ ਪੋਟੀ ਆ ਰਹੀ ਸੀ ਇਹਨਾਂ ਨੂੰ। ਅਸੀਂ ਇਹਨਾਂ ਨੂੰ ICU ਸ਼ਿਫਟ ਕੀਤਾ, ਉੱਥੇ ਸਪੋਰਟਿਵ ਟ੍ਰੀਟਮੈਂਟ ਸ਼ੁਰੂ ਕੀਤਾ ਇਹਨਾਂ ਦਾ। ਇਹ ਰਿਕਵਰ ਨਹੀਂ ਕਰ ਰਹੇ ਸੀਗੇ, ਅਸੀਂ ਐਮਰਜੈਂਸੀ ਐਂਡੋਸਕੋਪੀ ਕੀਤੀ ICU ਲਿਜਾ ਕੇ। ਉੱਥੇ ਲਿਜਾ ਕੇ ਅਸੀਂ ਦੇਖਿਆ ਕਿ ਇਹਨਾਂ ਦੇ ਬਹੁਤ ਵੱਡਾ ਜ਼ਖਮ ਸੀਗਾ, ਛੋਟੀ ਆਂਤੜੀ ਦੇ ਪਹਿਲੇ ਪਾਰਟ ਤੇ, ਜੂਡਰਮ ਫਸਟ ਪਾਰਟ ਤੇ ਬਹੁਤ ਵੱਡਾ ਅਲਸਰ ਸੀ, ਨਾਲੇ ਉਹਦੇ ਵਿੱਚੋਂ ਉਹਨਾਂ ਦੀ ਆਰਟਰੀ ਲੀਕ ਕਰ ਰਹੀ ਸੀ, ਉੱਥੋਂ ਐਕਟਿਵ ਬਲੀਡਿੰਗ ਹੋ ਰਹੀ ਸੀਗੀ। ਅਸੀਂ ਇਮੀਡੀਏਟਲੀ ਟੈਂਡਰ ਦੀ ਕੰਸੈਂਟ ਨਾਲ ਉੱਥੇ ਆ ਕੇ ਕਲਿੱਪ ਲਗਾਇਆ, ਹੀਮੋਕਲਿਪਿੰਗ ਕਹਿੰਦੇ ਅਸੀਂ ਇਹਨੂੰ। ਉਸ ਦੇ ਨਾਲ ਇੱਕਦਮ ਹੀ ਉਹਦੀ ਬਲੀਡਿੰਗ ਰੁਕ ਗਈ, ਵਿਦਿਨ ਫਿਊ ਡੇਜ਼ ਉਹ ਰਿਕਵਰ ਕਰਨਾ ਸ਼ੁਰੂ ਹੋ ਗਏ, ਹੀਮੋਗਲੋਬਿਨ ਠੀਕ ਹੋਣਾ ਸ਼ੁਰੂ ਹੋ ਗਿਆ ਉਹਨਾਂ ਦਾ। ਉਹਨਾਂ ਦੀ ਇਨਫੈਕਸ਼ਨ ਜਿਹੜੀ 37,000 ਸੀਗੀ ਉਹ ਵੀ ਘਟਣੀ ਸ਼ੁਰੂ ਹੋ ਗਈ, ਜਿਹੜਾ ਕਰੈਟਿਨ 5 ਸੀਗਾ ਉਹ ਵੀ ਘਟਣਾ ਸ਼ੁਰੂ ਹੋ ਗਿਆ, ਔਰ ਹੌਲੀ ਹੌਲੀ ਉਹ ਰਿਕਵਰ ਕਰ ਗਏ। ਅੱਜ ਅਸੀਂ ਉਹਨਾਂ ਨੂੰ ਡਿਸਚਾਰਜ ਕਰ ਰਹੇ ਹਾਂ, ਅੱਜ ਉਹਨਾਂ ਦਾ ਖੂਨ 9 ਹੈ, ਬਿਨਾਂ ਕਿਸੇ ਸਪੋਰਟ ਤੋਂ BP ਠੀਕ ਰਹਿ ਰਿਹਾ ਉਹਨਾਂ ਦਾ। ਕਰੈਟਿਨ ਜਿਹੜਾ 5 ਸੀ ਉਹ ਨੋਰਮਲ ਆ ਗਿਆ ਹੋਇਆ, TLC ਜਿਹੜਾ 37,000 ਸੀ ਉਹ ਵੀ 10,000 ਨੋਰਮਲ ਆ ਚੁੱਕਿਆ ਹੋਇਆ। ਸੋ ਅਸੀਂ ਇਹ ਦੱਸਣਾ ਚਾਹਾਂਗੇ ਕਿ ਇਹਦਾ ਆਪਾਂ ਜਾਗਰੂਕ ਕਰਨਾ ਚਾਹਾਂਗੇ ਕਿ ਜਿੰਨੀ ਜਲਦੀ ਤੁਸੀਂ ਸਾਨੂੰ, ਤੁਹਾਨੂੰ ਜੇ ਪ੍ਰੋਬਲਮ ਹੋਵੇ ਖੂਨ ਦੀ ਉਲਟੀ ਜਾਂ ਲੈਟਰਿਨ ਕਾਲੀ ਆਵੇ, ਉਨੀ ਜਲਦੀ ਤੁਸੀਂ ਸਾਨੂੰ ਅਪਰੋਚ ਕਰ ਸਕਦੇ ਹੋ, ਕਿਉਂਕਿ ਜਿੰਨਾ ਜਲਦੀ ਆਪਾਂ ਮੈਨੇਜਮੈਂਟ ਪ੍ਰੋਪਰ ਸ਼ੁਰੂ ਕਰਾਂਗੇ ਉਨਾ ਹੀ ਜਲਦੀ ਉਹ ਰਿਕਵਰ ਕਰੇਗਾ, ਔਰ ਉਨਾ ਹੀ ਜਲਦੀ ਉਹ ਰਿਕਵਰੀ ਦੇ ਚਾਂਸਿਸ ਵੀ ਵੱਧਦੇ ਨੇ। ਕਿਉਂਕਿ ਇਹ ਪੇਸ਼ੈਂਟ ਸਾਡੇ ਤੋਂ 2-3 ਬਾਅਦ ਆਇਆ ਸੀਗਾ, ਇਹਨੂੰ ਲੈਟਰਿਨ ਕਾਲੀ 2-3 ਬਾਅਦ ਆ ਰਹੀ ਸੀ, ਤੇ ਇਹ ਕਾਫੀ ਕ੍ਰਿਟੀਕਲ ਕੰਡੀਸ਼ਨ ਤੇ ਆਇਆ ਸੀਗਾ। ਜੇ ਇਹੀ ਇਹ ਪਹਿਲੇ ਦਿਨ ਆ ਜਾਂਦਾ ਤੇ ਸ਼ਾਇਦ ਆਪਾਂ ਨੂੰ ਹੋਰ ਜਲਦੀ ਡਿਸਚਾਰਜ ਕਰ ਪਾਉਂਦੇ। ਵੀ ਜਿੰਨੀ ਜਲਦੀ ਤੁਸੀਂ ਸਾਨੂੰ ਅਪਰੋਚ ਕਰਾਉਣਾ ਵਧੀਆ ਹੁੰਦਾ, ਕਿਉਂਕਿ ਇਹ ਪ੍ਰੋਬਲਮ ਜਾਨਲੇਵਾ ਹੁੰਦੀ ਹੈ।